ਹੋਰ ਕਿਵੇਂ? ਹਾਂਜੀ ਵਧੀਆ ਠੀਕ। ਤੇ ਤੁਹਾਨੂੰ ਆਪਣਾ ਘਰ ਕਿਵੇਂ ਲੱਗਿਆ? ਵਧੀਆ ਲੱਗਿਆ ਜੀ। ਤੇ ਮੈਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਸੀਗੀ ਵੀਰੇ ਬਾਰੇ। ਹਾਂਜੀ ਹਾਂਜੀ ਕਰੋ। ਤੇ ਮੈਂ ਇਹ ਗੱਲ ਕਰਨੀ, ਛੋਟੇ ਹੁੰਦੇ ਨਾ ਸਾਡੇ ਮੰਮੀ ਪਾਪਾ ਦੇ ਗੁਜ਼ਰ ਗਏ ਸੀਗੇ, ਹਾਂਜੀ, ਤਾਂ ਕਰਕੇ ਵੱਡੇ ਵੀਰੇ ਨੇ ਮੈਨੂੰ ਸਕੂਲ 'ਚ ਪੜ੍ਹਾਇਆ ਅਤੇ ਉਸ ਤੋਂ ਬਾਅਦ ਕਾਲਜ 'ਚ ਪੜ੍ਹਾਇਆ, ਮੈਨੂੰ ਇਸ ਲਾਈਕ ਬਣਾਇਆ ਕਿ ਮੈਂ ਨੌਕਰੀ ਲੱਗ ਸਕਾਂ। ਅਤੇ ਮੈਂ ਜੋ ਕੁਛ ਵੀ ਬਣਿਆ ਸਿਰਫ ਉਹਨਾਂ ਕਰਕੇ ਬਣਿਆ, ਅਤੇ ਉਹੀ ਮੇਰਾ ਸਭ ਕੁਛ ਨੇ ਇਸ ਦੁਨੀਆ 'ਤੇ। ਠੀਕ ਹੈ। ਅਤੇ ਮੈਂ ਇਹੀ ਗੱਲ ਕਹਿੰਦਾ ਸੀਗਾ ਤੁਹਾਨੂੰ ਕਿ ਮੈਨੂੰ ਕੋਈ ਚੀਜ਼ ਦੀ ਕਮੀ ਰਹਿ ਸਕਦੀ ਹੈ, ਪਰ ਮੇਰੇ ਵੱਡੇ ਵੀਰੇ ਨੂੰ ਸਾਰੀ ਜ਼ਿੰਦਗੀ ਕੋਈ ਚੀਜ਼ ਦੀ ਕਮੀ ਨਾ ਰਹਿਣ ਦਿਓ। ਨਹੀਂ ਜੀ ਕੋਈ ਗੱਲ ਨਹੀਂ, ਇਹ ਵੀ ਕੋਈ ਕਹਿਣ ਵਾਲੀ ਗੱਲ, ਮੈਂ ਤੁਹਾਨੂੰ ਕਦੇ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ, ਅਤੇ ਨਾ ਹੀ ਮੈਂ ਵੀਰ ਜੀਆਂ ਦੀ ਸੇਵਾ 'ਚ ਕੋਈ ਇਹੋ ਜਿਹਾ ਮੌਕਾ ਦੇਵਾਂ ਵੀ ਮੈਂ ਉਹਨਾਂ ਨੂੰ ਜਵਾਬ ਦੇ ਦਾਂ ਜਾਂ ਤੁਹਾਨੂੰ ਲਾਂਭਾ ਆ ਜਾਏ, ਹੈ ਨਾ। ਮੈਂ ਕੋਈ ਲਾਂਭਾ ਨਹੀਂ ਆਉਣ ਦਿੰਦੀ ਆਪਦੇ ਪੱਖੋਂ, ਮੈਂ ਵਧੀਆ ਰਹੂੰਗੀ ਆਪਦੇ ਵੱਡੇ ਭਰਾ ਵਾਂਗੂ ਮੰਨ ਕੇ ਰਹੂੰਗੀ ਜੀ। ਮੈਂ ਬਸ ਆਹੀ ਇੱਕ ਤੁਹਾਡੇ ਅੱਗੇ ਆਹੀ ਬੇਨਤੀ ਲਾ ਲਓ, ਹੈ ਨਾ, ਬਸ ਆਹੀ ਕਹਿੰਦੇ ਸੀ ਕਿ ਕਦੇ ਵੀ ਉਹਨਾਂ ਕੋਈ ਚੀਜ਼ ਦੀ ਪਲੀਜ਼ ਕਮੀ ਨਾ ਰਹਿਣ ਦਿਓ। ਨਹੀਂ ਜੀ ਨਹੀਂ ਜੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ, ਇਹ ਤਾਂ ਮੇਰਾ ਫਰਜ਼ ਬਣਦਾ, ਨਾਲੇ ਇਹ ਕੋਈ ਕਹਿਣ ਵਾਲੀ ਗੱਲ ਹੈ ਜੀ। ਮੈਂ ਵੀ ਤੁਹਾਨੂੰ ਇੱਕ ਗੱਲ ਕਹਿਣੀ ਸੀ। ਹਾਂਜੀ ਦੱਸੋ। ਜਿਵੇਂ ਤੁਹਾਡੇ ਵੀਰ ਜੀ ਇਕੱਲੇ ਆ, ਹੈ ਨਾ, ਉਹ ਵੀ ਮੇਰੇ ਭਰਜਾਈ ਆਗੇ, ਉਹ ਵੀ ਇਕੱਲੇ, ਅਤੇ ਮੇਰੀ ਭਾਬੀ ਜੀ ਵੀ ਮੇਰੇ ਵੀਰ ਦੀ ਡੈਥ ਤੋਂ ਬਾਅਦ ਨਾ ਪੇਕੇ ਨਹੀਂ ਗਈ ਸੀ, ਬਸ ਇੱਥੇ ਹੀ ਰਹਿ ਪਈ ਸੀ। ਮੇਰੇ ਵੀਰੇ ਨੇ ਉਹਨਾਂ ਨੂੰ ਪਹਿਲਾਂ ਦੱਸਤਾ ਸੀ ਜੋ ਢਿੱਲੇ ਰਹਿੰਦੇ ਸੀਗੇ, ਉਹ ਵਿਆਹ ਤੋਂ ਬਾਅਦ ਹੀ ਢਿੱਲੇ ਹੋ ਗਏ ਸੀ 2 ਮਹੀਨਿਆਂ ਬਾਅਦ ਹੀ, ਵੀ ਕੁੜੀ ਨੂੰ ਤੂੰ ਆਏ ਰੱਖਣਾ ਆਏ ਰੱਖਣਾ, ਕਿਉਂਕਿ ਮੰਮੀ ਡੈਡੀ ਸਾਡੇ ਵੀ ਹੈ ਨਹੀਂ ਸੀ ਜੀ। ਤਾਂ ਮੇਰੀ ਭਾਬੀ ਨੇ ਮੈਨੂੰ ਉਵੇਂ ਰੱਖਿਆ, ਮੈਨੂੰ ਪੜ੍ਹਾਇਆ ਲਿਖਾਇਆ, ਬੁਟੀਕ ਦਾ ਕੰਮ ਸਿਖਾਇਆ, ਵਧੀਆ ਵੱਡਿਆਂ ਦੀ ਇੱਜ਼ਤ ਮਾਣ ਕਰਨਾ ਸਿਖਾਇਆ, ਅਤੇ ਮੈਂ ਉਹਨਾਂ ਨੇ ਜਿਵੇਂ ਮੈਨੂੰ ਰੱਖਿਆ ਮੈਂ ਵਧੀਆ ਉਵੇਂ ਹੀ ਰਹੀ ਹਾਂ। ਅਤੇ ਮੈਂ ਵੀ ਇਹੀ ਕਹਿੰਦੀ ਹਾਂ ਵੀ ਤੁਸੀਂ ਵੀ ਮੇਰੀ ਭਰਜਾਈ ਦੀ ਇੱਜ਼ਤ ਉਵੇਂ ਕਰਿਓ ਜਿਵੇਂ ਮੈਂ ਤੁਹਾਡੇ ਵੀਰ ਜੀ ਦੀ ਕਰੂੰਗੀ। ਹਾਂਜੀ ਮੈਂ ਤੁਹਾਡੀ ਗੱਲ ਸਮਝ ਸਕਦਾ, ਤੁਹਾਡੇ ਦੁੱਖ ਸਮਝ ਸਕਦਾ ਨਾ, ਵੀ ਜਿਵੇਂ ਮੇਰੇ ਵੱਡੇ ਭਾਈ ਤੇ ਮੈਂ ਇਸ ਦੁਨੀਆਂ 'ਚੋਂ ਵੀ ਤੁਸੀਂ ਹਾਂ। ਹਾਂਜੀ ਹਾਂਜੀ ਤਾਂ ਕੋਈ ਗੱਲ ਨਹੀਂ ਜੀ, ਆਪਾਂ ਦੋਨੇ ਪਰਿਵਾਰਾਂ ਨੇ ਹੈ ਨਾ ਰਲ ਕੇ ਰਹਿਣਾ ਜੀ, ਆਪਣੇ ਕੋਈ ਸਿਆਣਾ ਤਾਂ ਹੈ ਨਹੀਂ, ਆਪਾਂ ਆਪ ਹੀ ਸਿਆਣੇ ਬਣ ਕੇ ਰਵਾਂਗੇ। ਵਰਿੰਦਰ ਆਇਆ ਅੰਦਰ, ਮੁੱਕ ਗਈਆਂ ਗੱਲਾਂ? ਹਾਂ ਹਾਂ ਭਾਬੀ ਆ ਜਾਓ, ਇਹ ਵੀ ਕੋਈ ਪੁੱਛਣ ਵਾਲੀ ਗੱਲ ਸੀ। ਆਹੋ ਮੈਂ ਦੁੱਧ ਲੈ ਕੇ ਆਈ ਤੁਹਾਡੇ ਵਾਸਤੇ। ਕੋਈ ਨਾ ਦੀਦੀ ਰੱਖ, ਕੋਈ ਬਹਿ ਜਾ ਦੀਦੀ ਤੁਸੀਂ। ਬਸ ਹੁਣ ਸ਼ਾਮ ਹੋਈ ਪਈ ਆ, ਘਰੇ ਵੀ ਕੰਮ ਕਰਨ ਵਾਲਾ ਕੋਈ ਹੈ ਨੀ ਗਾ, ਇੱਧਰ ਵੀ ਕੋਈ ਹੈ ਨੀ ਸੀ ਵੱਡਾ, ਹੈ ਨਾ। ਤੇ ਮੈਂ ਚੱਲ ਮੈਂ ਜਾ ਆਇਆ ਵਾਂ ਤੇ ਸਵੇਰੇ ਆਉਂਗੀ। ਕੋਈ ਗੱਲ ਨੀ ਭਾਬੀ, ਦੋ ਟਾਈਮ ਤਾਂ ਪੈ ਜਾਂਦੇ। ਬਸ ਕੋਈ ਵੇਲਾ ਹੋਇਆ ਪਿਆ ਉੱਤੋਂ ਹੀ, ਨਾ ਸਵੇਰੇ ਆਉਂਗੀ ਮੈਂ। ਚਲੋ ਠੀਕ ਹੈ ਭਾਬੀ। ਇੱਕ ਆ ਤੁਹਾਡੇ ਲਈ ਗਿਫਟ ਲੈ ਕੇ ਆਇਆ ਸੀ। ਅੱਛਾ ਜੀ, ਫੋਨ ਲੈ ਕੇ ਆਏ ਸੀ, ਇਹਦੀ ਕੀ ਲੋੜ ਸੀ ਜੀ? ਨਹੀਂ ਕੋਈ ਗੱਲ ਨੀ, ਤੁਹਾਡਾ ਘਰੇ ਕਈ ਵਾਰ ਜੀ ਨਾ ਲੱਗੇ ਤੁਸੀਂ ਭਾਬੀ ਨੂੰ ਫੋਨ ਕਰ ਸਕਦੇ ਹੋ। ਹਾਂਜੀ ਹਾਂਜੀ ਉਹ ਤਾਂ ਹੈ, ਧੰਨਵਾਦ ਜੀ, ਥੈਂਕ ਯੂ। ਕੋਈ ਵੀ ਘਰੇ ਚੀਜ਼ ਦੀ ਲੋੜ ਹੋਵੇ ਤੇ ਤਾਂ ਤੁਸੀਂ ਮੈਨੂੰ ਫੋਨ ਕਰ ਦਿਆ ਕਰੋ, ਮੈਂ ਲੈ ਆਇਆ ਕਰੂੰਗਾ। ਠੀਕ ਹੈ ਜੀ, ਕੋਈ ਗੱਲ। ਲੈ ਚਾਹ ਬਣਾਈ ਰੇ। ਚੰਗਾ ਜੀ, ਚਾਹ ਪੀ ਲੋ ਜੀ, ਉੱਠ ਰਹੇ ਹੋ? ਚਲੋ ਵਧੀਆ ਕੀਤਾ, ਮੈਨੂੰ ਆਹੀ ਉਮੀਦ ਸੀ ਤੇਰੇ ਤੋਂ।
ਤੇ ਨਾਲੇ ਉਹ ਵੀਰ ਜੀ ਨਾ ਕੋਈ ਫਾਰਮ ਫੁਰਮ ਕਹਿ ਕੇ ਗਏ ਆ ਤੁਸੀਂ ਉਹਦਾ ਪਤਾ ਕਰ ਲਿਓ ਅੱਜ ਹਾਂ ਹਾਂ ਉਹ ਤਾਂ ਆਮ ਚ ਹੈਗੀ ਮੇਰੇ ਘਰ ਮੈਂ ਕਰ ਲੂੰਗਾ ਪਤਾ ਤੇ ਰੋਟੀ ਖਾ ਕੇ ਨਹੀਂ ਗਏ ਵੀਰੇ ਨਹੀਂ ਰੋਟੀ ਨਹੀਂ ਖਾ ਕੇ ਗਏ ਉਹਨਾਂ ਨੂੰ ਮੈਂ ਕਿਹਾ ਸੀ ਉਹ ਕਹਿੰਦੇ ਪਹਿਲਾਂ ਖੇਤ ਗੇੜਾ ਮਾਰੇ ਆ ਕੇ ਰੋਟੀ ਖਾਵਾਂਗੇ ਨਾਲੇ ਉਹਨੂੰ ਮੈਂ ਬਣਾ ਲੂੰਗੀ ਹਾਂ ਉਹਨਾਂ ਦੀ ਆਦਤ ਆ ਨਾ ਸਵੇਰੇ ਉੱਠ ਕੇ ਪਹਿਲਾਂ ਖੇਤ ਜਾਂਦੇ ਨੇ ਫਿਰ ਆ ਕੇ ਰੋਟੀ ਖਾਂਦੇ ਨੇ ਉਹ ਅੱਛਾ ਜੀ ਤੁਸੀਂ ਜ਼ਰੂਰ ਪਤਾ ਕਰ ਲਓ ਨਾ ਇਹ ਨਾ ਲੇਟ ਰੂਟ ਨਾ ਹੋ ਜਾਓ ਕਿਉਂਕਿ ਵੀਰ ਜੀ ਤਾਂ ਬਾੜੀ ਚਿੰਤਾ ਕਰਦੇ ਸੀ ਹਾਂ ਬਸ ਮੈਂ ਚਾਹ ਪੀ ਕੇ ਤੇ ਫਿਰ ਤਿਆਰ ਹੋ ਕੇ ਮੈਂ ਜਾਣਾ ਨਾਲੇ ਪਤਾ ਕਰ ਲੂੰਗਾ ਠੀਕ ਹੈ ਜੀ ठीक है रेलवे में चलता ठीक है मैं तो टिफिन ले आता मेरे भाई ने रोटी बना ली टाइम से हां जी बस सब्जी बनी पी उन्होंने मैं गर्म रोटी बना के दे दूं तुसी ध्यान नाल जाओ जी हां तुम भी ध्यान से मेरे गेट ला दिया अपना ठीक है जी कोई गल नहीं रोटी बनाई दिने मैं खा लेनी हां लबाई भी आ ही गया हम बाद रोटी खाऊ पहले गागन जी रोटी बन गई ले पा लिया भाई हां जी वीर जी आ गई बस रोटी बनाई जाती सी मैं नौकरी लग जे किसी हिसाब नाल असी तां खेतां चों में जिंदगी कढ ली आपदी ओह तां चल किसी वधिया कम कार ते लग जे ਕੋਈ ਨਾ ਵੀਰ ਜੀ ਤੁਸੀਂ ਚਿੰਤਾ ਨਾ ਕਰੋ ਹਨਾ ਉਹਨਾਂ ਨੇ ਮੈਨੂੰ ਸਮਝਾਤਾ ਸੀ ਮੈਂ ਵੀ ਤੁਹਾਡੇ ਨਾਲ ਆਪਣੇ ਪਰ ਬਸ ਮੈਂ ਦੋ ਹੀ ਰੋਟੀਆਂ ਖਾਣੀਆਂ ਪੁੱਤ ਠੀਕ ਹੈ ਕੋਈ ਬਾਜ ਮਾਰ ਦੇ ਵਿੱਚ ਮੈਨੂੰ ਓਏ ਯਾਰ ਹਾਂ ਕੀ ਅੜ ਜਾਂਦਾ ਗੇਟ ਜਾ ਭਾਈ ਗਗਨ ਹਾਂਜੀ ਵੀਰ ਜੀ ਇਥੋਂ ਪਾਣੀ ਦਾ ਗਲਾਸ ਲੈ ਕੇ ਆ ਭਾਈ ਹਾਂਜੀ ਲੈ ਕੇ ਆਉਣੀ ਹੈ ਬ੍ਰਿੰਦਰ ਹਜੇ ਆਇਆ ਨਹੀਂ ਭਾਈ ਨਹੀਂ ਵੀਰ ਜੀ ਉਹ ਤਾਂ ਨਹੀਂ ਆਇਆ ਅੱਜ ਲੇਟ ਹੀ ਹੋ ਗਿਆ ਚੱਲ ਆਉਂਦੇ ਕਿਤੇ ਖੜ ਫੜ ਨਾ ਗਏ ਹੁਣ ਮੁੰਡੇ ਮੁੰਡੇ ਦਾ ਆਪਾਂ ਯਾਦ ਹੀ ਕਰੀ ਜਾਂਦੇ ਸੀ ਲੈ ਭਾਈ ਬਈ ਵਧਾਈਆਂ ਤੈਨੂੰ ਵੀ ਵਧਾਈਆਂ ਪਰ ਦੱਸ ਤਾਂ ਸਹੀ ਕਾਹਦੀਆਂ ਵਧਾਈਆਂ ਦੇਈ ਜਾਂਦਾ ਬਈ ਮੈਂ ਫਾਰਮ ਨਹੀਂ ਭਰੇ ਸੀਗੇ ਹਾਂ ਤੇ ਨੌਕਰੀ ਲੱਗ ਗਿਆ ਸੀ ਉਹ ਬੱਲੇ ਸ਼ਾਬਾਸ਼ ਆਲੋ ਵੀ ਕਰੋ ਮੂਮੈਂਟ ਲਿਆ ਕੋਈ ਗੱਲ ਨਹੀਂ ਲੈ ਭਾਈ ਗਗਣਾ ਤੂੰ ਤਾਂ ਕਰਮ ਵਾਲੀ ਆਈ ਆ ਸਾਡੇ ਘਰੇ ਲੈ ਤੇਰੇ ਆਉਂਦੇ ਇਹਨੂੰ ਨੌਕਰੀ ਮਿਲ ਗਈ ਦੇਖ ਵਧਾਈਆਂ ਹੀ ਸੁਣ ਵੀਰ ਜੀ ਸੁਣ ਰਹੇ ਹਾਂ ਲੈ ਕਰ ਮੂੰਹ ਮਿੱਠਾ ਤੂੰ ਵੀ ਚੱਕ ਕੋਈ ਨਹੀਂ ਨਾਲੇ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਚੰਗਾ ਚੰਗਾ ਕੋਈ ਗੱਲ ਨਹੀਂ ਬਣਾ ਲਾ ਇਹ ਤਾਂ ਬਾੜੀ ਸੋਹਣੀ ਗੱਲ ਹੋ ਗਈ ਵਰਿੰਦਰ ਹਾਂ ਬਈ ਉਹ ਨਾ ਮੈਂ ਪੁੱਛਿਆ ਸੀਗਾ ਤੁਸੀਂ ਕਿਹਾ ਨਹੀਂ ਸੀਗਾ ਹਾਂ 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 ਤੇ ਮੈਂ ਜਾਣ ਸਾਰੀ ਉਹਦੇ ਘਰ ਮੈਂ ਕਿਹਾ ਚਲੋ ਨਾਲੇ ਡੱਬਾ ਲੈ ਚਲਾਂ ਚੱਲ ਚੰਗੀ ਗੱਲ ਆ ਕੀ ਵਧੀਆ ਹੋ ਗਿਆ ਇਹ ਤਾਂ ਕੋਈ ਜੀ ਇਹੋ ਜਿਹਾ ਹੀ ਹੁੰਦਾ ਹੈਗਾ ਸਮਝ ਗਿਆ ਦੇਖ ਨੇ ਆਪਣੇ ਘਰੇ ਪੈਰ ਪਾਏ ਤੇ ਤੈਨੂੰ ਨਾਲ ਦੀ ਨਾਲ ਨੌਕਰੀ ਮਿਲ ਗਈ ਸਹੀ ਗੱਲ ਹੈ ਲੈ ਅੱਜ ਤਾਂ ਮੈਂ ਗਾਗਣ ਕੋਲੇ ਜਾ ਕੇ ਆਉਣੀ ਹੈ ਕਿੰਨੇ ਦਿਨ ਹੋ ਗਏ ਮਾਰੀ ਯਾਦ ਆਈ ਜਾਂਦੀ ਉਹਦੀ ਸੱਚ ਮੈਂ ਪਹਿਲਾਂ ਫੋਨ ਲਾ ਲਾ ਉਹਨੂੰ ਹੈਲੋ ਹਾਂ ਗਗਨ ਕਿਵੇਂ ਆ ਸਤਿ ਸ੍ਰੀ ਅਕਾਲ ਹੋਰ ਤੂੰ ਦੱਸ ਠੀਕ ਜਮਾਂ ਭੁੱਲ ਗਈ ਦੇਖ ਲੈ ਕਿੰਨੇ ਦਿਨ ਹੋ ਗਏ ਫੋਨ ਹੀ ਨਹੀਂ ਕੀਤਾ ਉਹ ਤਾਂ ਠੀਕ ਆ ਚੱਲ ਕੰਮ ਕਾਰ ਤਾਂ ਕਰਨੇ ਹੁੰਦੇ ਆ ਹੋਰ ਸਾਰੇ ਸਹੁਰੇ ਠੀਕ ਆ ਤੇਰੇ ਠੀਕ ਹੈ ਚੱਲ ਮੈਂ ਕਹਿੰਦੀ ਸੀ ਮੈਂ ਕਿਹਾ ਮੈਂ ਆਉਣੀ ਹੈਗੀ ਅੱਜ ਨਾ ਮੈਂ ਤਾਂ ਊਂ ਫੋਨ ਕਰ ਲਿਆ ਮੈਂ ਕਿਹਾ ਚੱਲ ਮੈਂ ਦੱਸਦਾ ਠੀਕ ਆ ਵਰਿੰਦਰ ਘਰੀ ਅੱਜ ਹਾਂ ਭਾਬੀ ਵਰਿੰਦਰ ਘਰੀ ਆ ਕਿਤੇ ਨਹੀਂ ਜਾਂਦਾ ਇਹ ਰੱਖ ਲੂੰਗੀ ਮੈਂ ਇਹਨੂੰ ਘਰੇ ਚੰਗਾ ਭਾਬੀ ਮੈਂ ਕੱਟਦੀ ਆ ਫੋਨ ਭਾਬੀ ਦਾ ਫੋਨ ਸੀ
ਹਾਂਜੀ ਭਾਬੀ ਦਾ ਫੋਨ ਸੀ ਉਹ ਐਂ ਕਹਿੰਦੀ ਸੀ ਵੀ ਅੱਜ ਉਹਨਾਂ ਨੇ ਆਉਣਾ ਹੈਗਾ ਮੈਂ ਕਿਹਾ ਆ ਜਾਓ ਤੁਸੀਂ ਤੇ ਤੁਸੀਂ ਨਾ ਜਾਓ ਡਿਊਟੀ ਘਰੇ ਰਹਿ ਜਾਓ ਨਹੀਂ ਮੇਰਾ ਜਾਣਾ ਤਾਂ ਤੈਨੂੰ ਪਤਾ ਜ਼ਰੂਰੀ ਸੀਗਾ ਤੇ ਐਂ ਕਰੀ ਤੂੰ ਰੱਖ ਲਈ ਭਾਬੀ ਮੈਂ ਜਲਦੀ ਆ ਜਾਊਂਗਾ ਠੀਕ ਹੈ ਜੀ ਫਿਰ ਮੈਂ ਐਂ ਕਰ ਲੂੰਗੀ ਭਾਬੀ ਨੂੰ ਰੱਖ ਲੂੰਗੀ ਹਾਂ ਤੂੰ ਰੱਖ ਲਈ ਭਾਬੀ ਨੂੰ ਮੈਂ ਟਾਈਮ ਨਾਲ ਆ ਜਾਊਂਗਾ ਠੀਕ ਹੈ ਜੀ ਤੁਸੀਂ ਧਿਆਨ ਨਾਲ ਜਾਇਓ ਨਾਲੇ ਟਿਫਨ ਲੈ ਲਿਓ ਜਾਂਦੇ ਆਂ ਤੇ ਤਿਆਰੀ ਪਿਆ ਮੈਨੂੰ ਲੱਗਾ ਭਾਬੀ ਆ ਗਈ ਦੇਖਦੀ ਆ ਕੌਣ ਆ चल कोई नी मैं कानू तंग करना गा चल कोई ना पानी लेके आनी चंगा ले चल शुक्र है वाहेगुरु दा सौखी लगती है जी वधिया इन्ने बच्चों का पता लगता गा शुक्र रोटी पानी आप ही फड़ाने बस बाज ही मार दिंदा चल चंगा शुक्र है वाहेगुरु दा ताई तां मैं कही नहीं है चल गल्ला कर दे लोट होके बह जा फिर मैं चाह करदी चल कोई नहीं तूं लिया मां पहला चाह कोई नहीं चल तरह चाह जे तर के अम्मी आ बस मैं सारा दिन बुटीक ती रहनी तेन पता मेरा जी नहीं लगता है अगे दो मैं चल उ दूजी कुड़ी है बस फिर मेरी यही इच्छा सी तू राज करे चल शुक्र है वाहेगुरु दा तू राज ही कर दिया आपके घरे भाभी तू बड़े दिन राजा कर मेरे को मैं तो कहनी इत्थे रहना सन कोई नी रहूंगी कोई नी मैं हजे तक हूं तो जाऊंगी कोई नी फिर कोई नी हजे की होगा कोई नी आ जाऊंगी जो बड़े पा गया मेरे तेरे को हाँ फिर आऊगी है ना ना मेरी भाभी तो बड़े पाते ही नहीं बस ਹੱਸਦੀ ਖੇਡਦੀ ਮੈਨੂੰ ਵਧੀਆ ਲੱਗਦੀ ਸੋਹਣੀ ਲੱਗਦੀ ਆ ਚਲ ਕੋਈ ਨਹੀਂ ਐਡੀ ਛੇਤੀ ਤਾਂ ਮੈਂ ਬੁੜੀ ਵੀ ਨਹੀਂ ਹੋਣ ਲੱਗੀ ਫਿਰ ਚੱਲ ਮੇਰੇ ਚਾਹ ਉੱਪਰ ਕਿਉਂ ਮੈਂ ਦੇਖਿਆ ਵਾ ਚੱਲ ਚੰਗਾ ਠੀਕ ਹਾਂ ਬਾਈ ਵੀ ਖੇਡ ਗਿਆ ਉਹਦਾ ਵੀ ਕੀ ਪਤਾ ਬਸ ਆਉਂਦਾ ਹੀ ਹੋਊਗਾ ਚੱਲ ਚੱਲ ਕੋਈ ਨਹੀਂ ਫਿਰ ਉਹਦੀ ਵੀ ਚਾਹ ਨਾਲ ਹੀ ਬਣਾ ਲਾ ਹਾਂ ਮੈਂ ਧਰ ਲਈ ਸੀ ਠੀਕ ਹੈ ਠੀਕ ਹੈ ਪਾ ਲਿਆ ਚਾਹ ਫਿਰ ਬਰਿੰਦਰ ਕਿੱਥੇ ਆ ਦਿਸਦਾ ਹੀ ਨਹੀਂ ਬਰਿੰਦਰ ਤਾਂ ਭਾਬੀ ਮੈਂ ਅੱਜ ਉਹਨਾਂ ਨੂੰ ਕਿਹਾ ਸੀ ਵੀ ਰਹਿ ਜਾਓ ਭਾਬੀ ਨੇ ਆਉਣਾ ਤੇ ਉਹ ਕਹਿੰਦੇ ਮੈਂ ਜਲਦੀ ਆ ਜਾਊ ਸ਼ਾਮ ਨੂੰ ਤੇ ਹਜੇ ਤੱਕ ਆਏ ਨਹੀਂ ਹੈਗੇ ਕੋਈ ਗੱਲ ਨਹੀਂ ਆ ਜਾਣਗੇ ਚੱਲ ਕੋਈ ਨਹੀਂ ਫਿਰ ਆ ਜਾਊਗਾ ਕੋਈ ਨਹੀਂ ਹਾਂ ਤੁਸੀਂ ਕੋਈ ਨਹੀਂ ਚਾਹ ਪਾਣੀ ਪੀਓ ਭਾਈ ਕੋਈ ਨਹੀਂ ਆ ਜਾਊਗਾ ਕੋਈ ਨਹੀਂ ਹੋਰ ਭਾਈ ਸਾਡੀ ਕੁੜੀ ਦਾ ਸੁਭਾਅ ਕਿਵੇਂ ਚੰਗਾ ਹੈ ਹਾਂ ਬਹੁਤ ਵਧੀਆ ਭਾਈ ਬਹੁਤ ਵਧੀਆ ਸੁਭਾਅ ਹੈਗਾ ਵੇਖ ਇਹਦੇ ਆਉਂਦੇ ਸਾਰ ਉਹਨੂੰ ਨੌਕਰੀ ਮਿਲ ਗਈ ਹਾਂ ਸੱਚ ਭੁੱਲ ਗਈ ਸੀ ਭਾਈ ਮੈਂ ਤਾਂ ਵਧਾਈਆਂ ਤੁਹਾਨੂੰ ਸੱਚ ਮੈਂ ਤਾਂ ਅੱਜ ਮਿਲੀ ਆਂਗੀ ਇਹਦੋਂ ਬਾਅਦ ਬਰਿੰਦਰ ਦੀ ਨੌਕਰੀ ਦੀਆਂ ਚੱਲ ਚੰਗੀ ਗੱਲ ਹੈਗੀ ਸਾਡੇ ਵਾਸਤੇ ਤਾਂ ਇਹ ਕੁੜੀ ਬਾਹਲੀ ਕਰਮ ਵਾਲੀ ਹੈ ਭਾਈ ਦੇਖ ਆਉਂਦੇ ਸਾਰ ਦੇਖ ਇਹੋ ਜਿਹਾ ਜੀ ਆਉਂਦਾ ਘਰੇ ਹਨਾ ਨੌਕਰੀ ਮਿਲ ਗਈ ਦੇਖ ਉਹਨੂੰ ਚੱਲ ਭਾਈ ਇਹਦੀ ਵੀ ਲੱਗੀ ਹੈ ਕਿਸਮਤ ਜਿਹੜਾ ਤੁਹਾਡੇ ਵਰਗਾ ਪਰਿਵਾਰ ਮਿਲ ਗਿਆ ਇਹਨੂੰ ਚੱਲ ਚੰਗੀ ਗੱਲ ਹੈ ਭਾਈ ਦੇਖੋ ਹਨਾ ਤਾਂ ਰਲ ਮਿਲ ਕੇ ਸਾਰਾ ਕੁਝ ਚੱਲੀ ਜਾਂਦਾ ਹੁੰਦਾ ਪਰਿਵਾਰ ਦੇ ਵਿੱਚ ਏਕਾ ਹੋਣਾ ਜ਼ਰੂਰੀ ਹੈ ਇਹ ਤਾਂ ਗੱਲ ਪਹਿਲਾਂ ਜੀ ਚਲੋ ਸ਼ੁਕਰ ਹੈ ਵਾਹਿਗੁਰੂ ਦਾ ਕੋਈ ਗੱਲ ਨਹੀਂ ਭਾਈ ਤੁਸੀਂ ਵੀ ਚੰਗੇ ਹੋ ਸਾਡੀ ਕੁੜੀ ਕੰਨੀ ਉਹ ਵੀ ਕੋਈ ਲਾਂਭਾ ਨਹੀਂ ਹੋਣਾ ਇਹਨੂੰ ਮੈਂ ਤਾਂ ਇਹੀ ਗੱਲ ਕਹਿਣੀ ਹੁੰਦੀ ਆ ਵੀ ਭਾਈ ਕਦੇ ਕਿਸੇ ਦੇ ਮੂਹਰੇ ਨਾ ਬੋਲੀ ਸਾਹਿਬ ਨੂੰ ਰੋਟੀ ਪਾਣੀ ਟਾਈਮ ਤੇ ਦੇਈ ਹਾਂ ਇਹੀ ਗੱਲਾਂ ਹੁੰਦੀਆਂ ਭਾਈ ਸਿਆਣੇ ਧੀ ਪੁੱਤਾਂ ਦੀਆਂ
ਹੋਰ ਦੱਸੋ ਭਾਈ ਤੁਸੀਂ ਠੀਕ ਹੋ ਹਾਂ ਹਾਂ ਠੀਕ ਠਾਕ ਵਧੀਆ ਮੈਂ ਆਖਾ ਚੱਲ ਗੇੜਾ ਮਾਰਿਆ ਵਾਂ ਕਹਿ ਦਿਨ ਹੋ ਗਏ ਤਾਂ ਇੰਨਾ ਪਿਆਰ ਤੁਹਾਡੇ ਤੋਂ ਮਿਲਿਆ ਇਹਨੂੰ ਮੈਨੂੰ ਹੀ ਭੁੱਲ ਗਈ ਕਹਿ ਕਹਿ ਦਿਨ ਫੋਨ ਹੀ ਨਹੀਂ ਲਾਉਂਦੀ ਨਹੀਂ ਨਹੀਂ ਭਾਈ ਆਹੀ ਜੀ ਕੋਈ ਗੱਲ ਨਹੀਂ ਹੁੰਦੀ ਆਪਣੇ ਨੂੰ ਕੌਣ ਭੁੱਲਦਾ ਹੁੰਦਾ ਹੈ ਜਵਾਕ ਦਾ ਜੀ ਲੱਗਿਆ ਰਹਿੰਦਾ ਤੇਰੇ ਕੱਪੜੇ ਜੇ ਲਿਆਈ ਸੀ ਮੈਂ ਸੂਟ ਲੈ ਸੂਟਾਂ ਨੂੰ ਕੀ ਸੀ ਮੈਂ ਉਹੀ ਮਖਾ ਚੱਲ ਮੈਂ ਸਿਉਂਦੇ ਸੀਗੇ ਦੋ ਤੇ ਮਖਾ ਚੱਲ ਉਹ ਕਰ ਲੈਂਦੀ ਨਾ ਇਹਦੇ ਵਿੱਚ ਆਹ ਫਰੂਟ ਫਰਾਟਾ ਉਹ ਕੱਟ ਲੈ ਲੈ ਦੇਖ ਲਾ ਭਾਬੀ ਰੋਟੀ ਰੋਟੀ ਵੀ ਖਾ ਲਈ ਦੇ ਲਾ 5 ਵਜੇ ਪਏ ਆਇਆ ਵਰਿੰਦਰ ਹਜੇ ਤੱਕ ਹੋਰ ਮੈਂ ਵੀ ਕਹਾਂ ਤੈਨੂੰ ਇਹੀ ਕਹਿੰਦੀ ਆ ਚੱਲ ਕੋਈ ਨੀ ਵਰਿੰਦਰ ਨੂੰ ਕਹਿੰਦੀ ਵੀ ਭਾਬੀ ਆਈ ਸੀ ਚੱਲ ਬਾਗੀ ਮੈਂ ਹੁਣ ਜਾਣੀ ਹੈਗੀ ਕਦੇ ਚੱਲ ਮੈਂ ਫੇਰ ਆਈ ਮਿਲ ਲੂੰਗੀ ਉਹਨੂੰ ਨਹੀਂ ਨਹੀਂ ਕਿਤੇ ਨਹੀਂ ਜਾਣਾ ਬਸ ਤੂੰ ਰਹਿ ਅੱਜ ਓਹੋ ਆ ਫੇਰ ਰਹਿ ਕੋਈ ਨੀ ਹੁਣ ਬਾਹਲਾ ਟਾਈਮ ਹੋ ਗਿਆ 5 ਵਜੇ ਕਿ ਵਰਿੰਦਰ ਵੀ ਨਹੀਂ ਆਇਆ ਮੈਂ ਕਿਹਾ ਸੀ ਭਾਬੀ ਆਉਗੀ ਰਹਿ ਜਾ ਚੱਲ ਕੋਈ ਨੀ ਤੂੰ ਵਰਿੰਦਰ ਨੂੰ ਕਹਿ ਕੇ 2-4 ਦਿਨਾਂ ਨੂੰ ਤੁਸੀਂ ਉੱਥੇ ਆ ਕੇ ਮਿਲਿਆ ਮੈਨੂੰ ਚੰਗਾ ਮੈਂ ਜਾਂਦੀ ਹਾਂ ਜਾਣਾ ਪਊਗਾ ਕੋਈ ਨਾ ਅੱਜ ਦੀ ਰਾਤ ਰਹਿ ਜਾਂਦੇ ਭਾਬੀ ਤੁਸੀਂ ਨਹੀਂ ਨਹੀਂ ਮੈਂ ਰਹਿ ਨਹੀਂ ਸਕਦੀ ਹੈਗੀ ਮੈਂ ਜਾਂਦੀ ਹਾਂ ਹੁਣ ਚੰਗਾ ਨਹੀਂ ਜੀ ਅੱਜ ਦੀ ਰਾਤ ਕਿਉਂ ਭਾਬੀ ਸਦਾ ਲਈ ਇੱਥੇ ਰਹਿ ਜੂਗੀ ਬਸ ਭਾਬੀ ਨੂੰ ਰਹਿਣ ਨੂੰ ਕਹਿ ਦੋ ਭਾਬੀ ਤੂੰ ਕਿਤੇ ਨਹੀਂ ਆਣਾ ਇੱਥੇ ਰਿਹਾ ਕਰ ਉਹ ਕੋਈ ਗੱਲ ਨਹੀਂ ਮੈਂ ਕੋਈ ਨਹੀਂ ਫੇਰ ਰਹੂੰਗੀ ਠੀਕ ਹੈ ਮੈਂ ਚੱਲ ਭਾਬੀ ਮੈਂ ਦੱਸਦੀ ਹਾਂ ਦੇਖੋ ਜੀ ਭਾਬੀ ਉੱਥੇ ਵਿਚਾਰੀ ਬੁਟੀਕ ਦਾ ਕੰਮ ਕਰਦੀ ਹੈ ਸਾਰਾ ਦਿਨ ਨਾ ਦੁਕਾਨ ਤੇ ਕੱਢ ਦਿੰਦੀ ਹੈ ਇਕੱਲੀ ਦਾ ਇਹਦਾ ਜੀ ਨਹੀਂ ਲੱਗਦਾ ਘਰੇ ਤੇ ਜਦੋਂ ਇੱਥੇ ਸਦਾ ਲਈ ਰਹੂਗੀ ਅਸੀਂ ਦੋਨੇ ਰਲ ਮਿਲ ਕੇ ਨਾਲੇ ਕੰਮ ਕਰ ਲਿਆ ਕਰਾਂਗੇ ਨਾਲੇ ਇੱਥੇ ਦੁਕਾਨ ਕਰ ਲਾਂਗੇ ਅਸੀਂ ਚੱਲ ਕੋਈ ਨਹੀਂ ਆਪਾਂ ਇਹ ਵੀ ਫੇਰ ਸੋਚਾਂਗੇ ਅੱਜ ਮੈਂ ਜਾਂਦੀ ਹਾਂ ਫੇਰ ਦੇਖੂੰਗੀ ਕਦੇ ਚੰਗਾ ਵਰਿੰਦਰ ਫਿਰ ਮੈਂ ਜਾਂਦੀ ਹਾਂ ਠੀਕ ਹੈ ਭਾਬੀ ਕੋਈ ਨਾ ਕਦੇ ਫੇਰ ਗੇੜਾ ਮਾਰ ਜਾਓ ਤੇ ਰਹਿ ਜਾਓ ਘਰ ਵੀ ਹਾਂ ਚੱਲ ਕੋਈ ਗੱਲ ਨਹੀਂ ਚੰਗਾ ਕਾਕਾ ਧਿਆਨ ਰੱਖੀ ਠੀਕ ਹੈ ਕੋਈ ਨਾ ਭਾਬੀ ਧਿਆਨ ਹਾਂ ਚੰਗਾ ਚੱਲ ਚੱਲ ਤੁਸੀਂ ਬੈਠੋ ਕੋਈ ਨਹੀਂ ਮੈਂ ਜਾਂਦੀ ਹਾਂ ਬਹਿ ਜਾ ਵਰਿੰਦਰ ਉਹ ਮੈਂ ਬੈਗ ਲੈ ਜਾਂਦੀ ਹਾਂ ਬਾਹਰੇ ਪਿਆ ਚੱਕ ਕੇ ਚੰਗਾ ਤੁਸੀਂ ਭਾਬੀ ਨੂੰ ਰਹਿਣ ਵਾਸਤੇ ਕਿਉਂ ਨੀ ਕਿਹਾ ਪੋਲਾ ਜਾਂ ਕਹਿਤਾ ਵੀ ਰੋ ਰੋ ਇੱਕ ਰਾਤ ਰੋ ਮੈਂ ਜਦੋਂ ਕਹੀ ਜਾਂਦੀ ਸੀ ਵੀ ਸਦਾ ਲਈ ਇੱਥੇ ਰਹਿਣਗੇ ਉਹ ਤੁਸੀਂ ਕਦੋਂ ਨਹੀਂ ਮੁੜ ਕੇ ਕਿਹਾ ਵੀ ਰਹਿ ਜਾਓ ਉਹ ਬਾਈ ਤੋਂ ਪੁੱਛੇ ਬਿਨਾ ਮੈਂ ਕਿਵੇਂ ਕਹਿ ਜਾਂਦਾ ਵੀ ਰਹਿ ਜਾਓ ਬਾਈ ਤੋਂ ਪੁੱਛੇ ਬਿਨਾ ਅੱਛਾ ਹਰੇਕ ਗੱਲ ਲਈ ਬਾਈ ਹੋ ਗਿਆ ਮੂਹਰੇ ਕੋਈ ਗੱਲ ਪਰਸਨਲ ਵੀ ਹੁੰਦੀ ਹੈਗੀ ਆਪਦੀ ਵੀ ਗੱਲ ਹੁੰਦੀ ਹੈ ਵੀ ਹਾਂ ਇਕੱਲਿਆਂ ਨੇ ਕਰਨੀ ਬਾਈ ਨੇ ਹਰੇਕ ਗੱਲ ਮੂਹਰੇ ਆ ਗਏ ਬਾਈ ਉਹ ਫਿਰ ਬਾਈ ਨੂੰ ਤਾਂ ਇੱਕ ਵਾਰੀ ਪੁੱਛਣਾ ਬਣਦੇ ਸੀਗਾ ਕੀ ਪੁੱਛਣਾ ਉਹ ਮਨਾ ਨਹੀਂ ਕਰਦੇ ਮੈਨੂੰ ਪਤਾ ਸੀਗਾ ਬਾਈ ਦੇ ਸਵਾਦ ਅੱਜ ਤੱਕ ਕਦੇ ਮੈਨੂੰ ਕੁਛ ਨਹੀਂ ਬੋਲੇ ਉੱਚਾ ਨੀਵਾਂ ਤੇ ਰਹਿਣ ਨੂੰ ਭਾਬੀ ਨੂੰ ਕਿੱਥੋਂ ਮਨਾ ਕਰ ਦੇਣਗੇ ਪਰ ਪੁੱਛ ਤਾਂ ਲੈਂਦੇ ਤੁਸੀਂ ਨਹੀਂ ਰਾਜੀ ਹੋਣੇ ਤੁਸੀਂ ਜਮਾ ਨਹੀਂ ਕਿਹਾ ਗਾ ਬਸ ਬਹਿ ਜਾ ਬਸ ਹੁਣ ਬਾਗੀ ਉਹ ਤਾਂ ਵਿਚਾਰੇ ਮੈਂ ਕੁੜੀ ਇੱਕ ਮਿੰਟ ਹਾਂ ਵਰਿੰਦਰ ਬਈ ਮੈਂ ਗੱਲ ਕਰਨੀ ਸੀ ਇੱਕ ਹਾਂ ਦੱਸ ਬਈ ਤੇ ਉਹ ਅੱਜ ਗਗਨ ਦੀ ਭਾਬੀ ਆਈ ਸੀਗੀ ਹਾਂ ਹਾਂ ਪਤਾ ਹੈ ਮੈਨੂੰ ਤੇ ਉਹ ਗਗਨ ਗੁੱਸੇ ਹੋ ਗਈ ਵੀ ਤੂੰ ਰਹਿਣ ਲਈ ਨਹੀਂ ਗਿਆ ਉਹਨੂੰ ਤੇ ਫਿਰ ਤੂੰ ਕਹਿ ਜਾਂਦਾ ਰਹਿ ਪੈਂਦੀ ਉਹ ਬਈ ਮੈਂ ਪੁੱਛੇ ਬਿਨਾ ਨਾ ਹਾਮੀ ਜੀ ਨਹੀਂ ਭਰੀ ਉਹਨੂੰ ਓਹੋ ਇਹੋ ਜਿਹੀਆਂ ਗੱਲਾਂ ਪੁੱਛਣ ਨੂੰ ਦੱਸ ਕੀ ਹੁੰਦਾ ਹੁੰਦਾ ਤੂੰ ਕਹਿ ਜਾਂਦਾ ਰਹਿ ਪੈਂਦੀ ਉਹ ਬਈ ਇੱਕ ਦਿਨ ਦੀ ਗੱਲ ਨਹੀਂ ਉਹ ਕਹਿੰਦੀ ਵੀ ਸਦਾ ਲਈ ਰਹਿਣ ਲਈ ਕਹਿਣਾ ਸੀਗਾ ਚੱਲ ਤਾਂ ਕੀ ਹੈ ਉਹਦਾ ਕੋਈ ਹੈ ਹੀ ਨਹੀਂ ਵਿਚਾਰੀ ਦਾ ਫਿਰ ਕੀ ਹੁੰਦਾ ਸੀਗਾ ਜੇ ਇੱਥੇ ਉਹ ਸਦਾ ਰਹਿ ਪਊਗੀ ਤਾਂ ਕੀ ਆਪਣੇ ਕਿਹੜਾ ਕੋਈ ਕਣਕ ਮੁੱਕਦੀ ਹੈ ਦੱਸ ਉਹ ਮੈਂ ਤੁਹਾਡੇ ਪੁੱਛ ਬਿਨਾ ਬਈ ਉਹਨੂੰ ਕਿਹਾ ਨਹੀਂ ਕੁਛ ਚੱਲ ਕੋਈ ਗੱਲ ਨਹੀਂ ਤੂੰ ਮੇਰੀ ਗੱਲ ਸੁਣ ਤੂੰ ਜਾ ਕੇ ਉਹਨੂੰ ਲੈ ਆਈ ਕੋਈ ਗੱਲ ਨਹੀਂ ਹਾਂ ਬਈ ਕੋਈ ਗੱਲ ਨਹੀਂ ਤੇ ਕੱਲ ਨੂੰ ਤਾਂ ਮੈਨੂੰ ਛੁੱਟੀ ਹੈ ਨਹੀਂ ਕਿ ਮੈਂ ਪਰਸੋਂ ਜਾ ਕੇ ਉਹਨੂੰ ਸਰਪ੍ਰਾਈਜ਼ ਦੇ ਦੂੰਗਾ ਸਿੱਧਾ ਹਾਂ ਕੋਈ ਗੱਲ ਨਹੀਂ ਤੂੰ ਜਾ ਕੇ ਨਾ ਉਹਨੂੰ ਲੈ ਆਈ ਕੋਈ ਗੱਲ ਨਹੀਂ ਪੱਕਾ ਰਹਿਣਾ ਪੱਕਾ ਰਹਿ ਪੂਗੀ ਆਪਾਂ ਨੂੰ ਦੱਸ ਕਿਹੜਾ ਇੱਥੇ ਕਮਰਿਆਂ ਦੀ ਘਾਟ ਰਹੇਗੀ ਠੀਕ ਹੈ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਜਾ ਕੇ ਲੈ ਆਈ ਠੀਕ ਹੈ ਚੰਗਾ ਗਗਨ ਹਾਂਜੀ
ਤੂੰ ਬਾਈ ਨੂੰ ਚਾਹ ਨਹੀਂ ਬਣਾ ਕੇ ਦਿੱਤੀ ਹੈਗੀ ਬਾਈ ਨੇ ਖੇਤ ਜਾਣਾ ਸੀ ਮੈਥੋਂ ਨਹੀਂ ਬਣਦੀ ਚਾਹ ਚੋ ਬਾਈ ਆਪੇ ਬਣਾ ਕੇ ਪੀ ਕੇ ਵਗ ਜੂਗਾ ਕਿਉਂ ਆ ਕੀ ਗੱਲ ਬਣੀ ਕਿਉਂ ਤੁਸੀਂ ਉਹਦੇ ਮੈਨੂੰ ਮੇਰੇ ਨਾਲ ਵਾਅਦਾ ਨਹੀਂ ਕੀਤਾ ਸੀਗਾ ਵੀ ਮੈਂ ਕੋਈ ਦੁੱਖ ਨਹੀਂ ਦਿੰਦਾ ਤੇ ਮੇਰੀ ਭਾਬੀ ਨੂੰ ਇੱਥੇ ਰੋਕਿਆ ਨਾ ਤੁਸੀਂ ਕਿਹਾ ਤਾਂ ਕੋਈ ਗੱਲ ਕੀਤੀ ਉਦੋਂ ਕਹਿੰਦਾ ਬਾਈ ਨਾਲ ਗੱਲ ਕਰੂੰ ਬਸ ਫਿਰ ਮੈਂ ਵੀ ਅੱਜ ਭਾਬੀ ਨਾਲ ਹੀ ਰਹਿ ਕਰੂੰਗੀ ਫਿਰ ਕਿੱਡੀ ਗੱਲ ਹੋ ਗਈ ਸੀ ਇਹ ਰਸਨ ਵਾਲੀ ਮੈਂ ਕਹਿੰਦਾ ਨਾ ਆਪੇ ਬਣਾ ਕੇ ਪੀ ਲੂਗਾ ਤੇਰਾ ਬਾਈ ਹੋਈ ਮੈਨੂੰ ਨਹੀਂ ਕੁਝ ਵੀ ਪਤਾ ਬਾਈ ਬਾਈ ਦੇ ਬਾਰੇ ਤੂੰ ਹੁੰਨੀ ਹੈ ਕਿ ਨਾ ਖੜੀ ਹਾਂਜੀ ਸਤਿ ਸ੍ਰੀ ਅਕਾਲ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਦੋਸਤਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਦਿੱਤੀ ਬੈਲ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਆਉਣ ਵਾਲੀਆਂ ਵਧੀਆ ਵਧੀਆ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਅਤੇ ਇੱਕ ਗੱਲ ਹੋਰ ਆਪਾਂ ਅਮਨ ਢਿੱਲੋ ਨਾਂ 'ਤੇ ਫੇਸਬੁੱਕ ਅਤੇ ਇੰਸਟਾਗ੍ਰਾਮ ਆਈਡੀ ਬਣਾ ਲਈ ਹੈ ਜਿਹਨੂੰ ਸਾਰੇ ਦੋਸਤ ਫੋਲੋ ਜ਼ਰੂਰ ਕਰ ਲੈਣ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ